ਇਹਨਾਂ ਦੇ ਮਾੜੇ ਕਰਮ ਤਾਂ ਨੇ ਇਹ ਉਸ ਇਲਾਕੇ 'ਚ ਖੜੇ ਨੇ ਰੋਜ਼ ਦਰਿਆ ਕੋਲ ਜਾਂਦੇ ਨੇ ਟਿਊਬਵੈਲ ਕੋਲ ਜਾਂਦੇ ਨੇ ਪਿਆਸੇ ਹੀ ਆ ਜਾਂਦੇ ਨੇ ਤ੍ਰਿਸ਼ਨਾ ਦੀ ਅੱਗ ਉਵੇਂ ਜਲਦੀ ਹੈ ਦਰਿਆ ਕੋਲ ਵਗਦਾ ਗਿਆਨ ਦਾ ਦਰਿਆ ਕੋਲ ਵਗਦਾ ਤ੍ਰਿਸ਼ਨਾ ਦੀ ਅੱਗ ਉਵੇਂ ਜਲਦੀ ਹੈ ਇਦੋਂ ਮਾੜੇ ਕਰਮ ਕੀ ਹੋ ਸਕਦੇ ਨੇ ਇਦੋਂ ਭੈੜੇ ਕਰਮ ਕੀ ਹੋ ਸਕਦੇ ਨੇ ਤ੍ਰਿਸ਼ਨਾ ਦੀ ਅੱਗ ਦਾ ਦੁਖੀ ਹੋਏ ਹੋਏ ਨੇ ਦਰਿਆ ਕੋਲ ਵਗਦਾ ਬੁਝਾਉਂਦੇ ਨਹੀਂ ਜਿਹੜਾ ਆਪਣਾ ਘਰ ਹੈ ਨਾ ਇਹ ਇਹਨਾਂ ਦਾ ਆਪਣਾ ਮਾਇਆ ਦਾ ਇਹ ਤਾਂ ਅੱਗ ਨਾਲ ਜਾਣਨਾ ਪਊਗਾ ਤਾਂ ਜਣੀ ਜੜਾਂ ਜਾਣੀਆਂ ਨੇ ਇਨ ਮਾਇਆ ਜਾਤੇ ਤਰੂੰ ਬਿਖਮੇ ਮਾਇਆ ਕਰ ਕਿਰਪਾ ਸਤਸੰਗ ਮਿਲਾਏ ਕਰੀ ਕਿਰਪਾ ਸਤਸੰਗ ਮਿਲਾਏ ਜੇ ਕਿਰਪਾ ਕਰਕੇ ਸਤਸੰਗ ਮਿਲਾ ਦੇਵੇ ਸਤਸੰਗ ਹੁਣ ਕਿਵੇਂ ਮਿਲੇ ਬਾਹਰ ਬਾਹਰ ਸਤਸੰਗ ਕਿਵੇਂ ਹੋਜੂ ਬਾਹਰ ਤਾਂ ਮਾਇਆ ਕੋ ਮਾਇਆ ਮਿਲੇ ਕਰ ਕਰ ਲੰਬੇ ਹੱਥ ਹੈ ਜਾਂ ਅਸੀਂ ਹੱਥ ਕੱਢਦੇ ਹਾਂ ਨਾ ਦੂਆ ਹੱਥ ਕੱਢਦੇ ਮਿਲਾਉਂਦੇ ਹਾਂ ਮਾਇਆ ਨਾ ਮਾਇਆ ਮਿਲਦੀ ਆ ਉਹ ਹੱਥ ਨਹੀਂ ਮਿਲਾਉਂਦੇ ਫਿਰ ਅਸੀਂ ਮਿਲਦੇ ਹਾਂ ਮਾਇਆ ਮਿਲਦੀ ਆ ਉਹਨੇ ਵੀ ਬਾਹ ਐਂ ਕੀਤੀ ਦੂਹੇ ਨੇ ਵੀ ਐਂ ਕੀਤੀ ਮਾਇਆ ਨੂੰ ਮਾਇਆ ਮਿਲਾ ਦਿੱਤੀ ਉਹ ਸਰੀਰ ਮਾਇਆ ਹੀ ਹੈ ਸਰੀਰ ਨਾਲ ਸਰੀਰ ਹੀ ਮਿਲਿਆ ਮਾਇਆ ਨਾਲ ਮਾਇਆ ਹੀ ਮਿਲੀ ਹੈ ਬਾਹਰ ਲੰਬਾਤ ਕਰਕੇ ਮਿਲਾਉਂਦੇ ਨੇ ਦੂਆ ਇਹ ਤਾਂ ਮਾਇਆ ਕੋ ਮਾਇਆ ਮਿਲੇ ਕਰ ਕਰ ਲੰਬੇ ਹੱਥ ਹੈ ਇਹ ਮਿਲਣਾ ਨਹੀਂ ਹੈਗਾ ਸਤਸੰਗ ਇਹਨੂੰ ਸਤਸੰਗ ਨਹੀਂ ਕਹਿੰਦੇ ਚਾਹੇ ਜੱਫੀ ਪਾ ਕੇ ਵੀ ਮਿਲ ਲਓ ਉਹ ਵੀ ਮਾਇਆ ਕੋ ਮਾਇਆ ਮਿਲੇ ਸਮਝਿਆ ਜੀ ਉਹ ਸੱਚ ਤਾਂ ਅੰਦਰ ਹੈ ਹਿਰਦੇ 'ਚ ਹੈ ਸਤਿਗੁਰ ਤਾਂ ਅੰਦਰ ਬੈਠਾ ਜੇ ਕਿਸੇ ਨੇ ਸੱਚ ਨਾਲ ਮਿਲਣਾ ਆਪਣੇ ਮੂਲ ਨਾਲ ਮਿਲੋ ਜਿੱਥੋਂ ਇਹਦਾ ਜਨਮ ਹੋਇਆ ਇਹ ਸਤਪੁਰਖ ਤੋਂ ਜਨਮ ਹੋਇਆ ਇਹਦਾ ਸਤਪੁਰਖ ਤੇ ਭਿੰਨ ਨਾ ਕਹੂ ਸਤਪੁਰਖ ਇਹਦੇ ਅੰਦਰ ਹੈ ਅੰਦਰਲੇ ਨੂੰ ਜਾਣਨਾ ਸਤਪੁਰਖ ਨੂੰ ਸਤਪੁਰਖ ਜਿਹਨ ਜਾਣਿਆ ਸਤਿਗੁਰ ਤਾਂ ਤੂੰ ਆਪੇ ਬਣ ਜਾਏਗਾ ਜਦੋਂ ਜਾਣ ਲਏਗਾ ਆਪਣੇ ਮੂਲ ਨੂੰ ਤੈਨੂੰ ਸਤਿਗੁਰ ਦੀ ਲੋੜ ਕਿੱਥੋਂ ਪੈ ਗਈ ਤੈਨੂੰ ਸਤਿਗੁਰ ਦੀ ਲੋੜ ਨਹੀਂ ਹੈ ਤੈਨੂੰ ਆਪਣਾ ਆਪ ਜਾਣਨ ਦੀ ਲੋੜ ਹੈ ਬਾਹਰ ਲਾ ਜੇ ਸਤਿਗੁਰ ਵੀ ਹੋਊ ਤੈਨੂੰ ਦੱਸੂ ਹੈ ਕੁਛ ਉਹ ਸਾਜਨ ਦੱਸੂ ਹੈ ਸਾਜਨ ਕੁਛ ਕਹੋ ਉਪਾਇਆ ਉਹ ਉਪਾਇਆ ਹੀ ਕਹੂਗਾ ਹੀ ਤੈਨੂੰ ਉਹਦੇ ਨਾਲ ਵੀ ਨਹੀਂ ਮਿਲਣਾ ਹਾਂ ਸਾਜਨ ਹੈ ਉਹ ਸੱਜਣ ਹੈ ਸਤਿਗੁਰ ਨਹੀਂ ਆਇਆ ਉਹ ਤਾਂ ਸੱਜਣ ਹੈ ਕੋਈ ਮਿੱਤਰ ਹੈ ਸੱਜਣ ਦਾ ਮਿੱਤਰ ਹੀ ਹੁੰਦਾ ਗੁਰੂ ਨਹੀਂ ਹੁੰਦਾ ਉਹ ਗੁਰੂ ਉਹ ਵੀ ਨਹੀਂ ਆਇਆ ਉਹ ਤਾਂ ਸੱਜਣ ਹੈ ਸੱਜਣ ਮਿੱਤਰ ਹੁੰਦਾ ਭਾਈ ਵੀ ਹੋ ਸਕਦਾ ਸੱਜਣ ਕਿਹਾ ਹੋਇਆ ਉਪਾਇ ਦੱਸਣ ਵਾਲੇ ਨੂੰ ਮਿੱਤਰ ਕਿਹਾ ਹੋਇਆ ਭਾਈ ਕਿਹਾ ਹੋਇਆ ਗੁਰਬਾਣੀ 'ਚ ਗੁਰੂ ਤਾਂ ਮੰਨਿਆ ਹੀ ਨਹੀਂ ਹੋਇਆ ਉਹਨੂੰ ਤੂੰ ਕਰ ਆ ਸੱਜਣਾ ਦੇਖਾਂ ਦਰਸ਼ਨ ਤੇਰਾ ਸੱਜਣ ਕਿਹਾ ਹੋਇਆ ਗੁਰੂ ਤਾਂ ਕਿਹਾ ਹੀ ਨਹੀਂ ਕਦੇ ਹੋਇਆ ਕੋਈ ਕਰ ਗੱਲ ਸੁਣਾ ਪਿਆ ਹਰ ਨਾਮ ਕੀ ਸੋ ਲੱਗੇ ਗੁਰਸਿੱਖਾਂ ਮਨ ਮਿੱਠਾ ਠਾ ਲੱਗਦਾ ਉਹ ਪਿਆਰ ਹੈ ਉਹਦੇ ਨਾਲ ਸੋ ਭਾਈ ਸੋ ਮੇਰਾ ਵੀਰ ਆ ਸੋ ਭਾਈ ਸੋ ਮੇਰਾ ਵੀਰ ਮੇਰੇ ਹਰ ਪ੍ਰਭ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਉਹ ਭਾਈ ਹੈ ਮੇਰਾ ਵੀਰ ਹੈ ਗੁਰੂ ਕਿੱਥੇ ਕਿਹਾ ਹੋਇਆ ਗੁਰਬਾਣੀ 'ਚ ਤੁਸੀਂ ਕਿਵੇਂ ਮੰਨ ਲਿਆ ਗੁਰੂ ਹੈ ਗੁਰੂ ਕਹਿੰਦੇ ਨੇ ਠੱਗ ਗੁਰੂ ਕਹਿੰਦੇ ਨੇ ਹਿੰਦੂ ਸਿੱਖ ਨਹੀਂ ਕਹਿ ਸਕਦਾ ਗੁਰੂ ਨੇ ਸਾਡੇ ਮੂੰਹ 'ਚ ਪਾਤਾ ਇਹਨਾਂ ਨੇ ਗੁਰੂ ਪੜਾਇਆ ਕੁਛ ਹੋਰ ਸੀ ਕਹਿ ਕੁਛ ਹੋਰ ਰਹੇ ਆ ਗੁਰੂ ਗੁਰੂ ਬਣ ਕੇ ਬਹਿ ਗਏ ਤਾਂ ਹੀ ਆ ਰੌਲਾ ਕਰ ਕਿਹੜੀ ਗੱਲ ਦਾ ਇਸੇ ਗੱਲ ਦਾ ਰੌਲਾ ਉਹ ਕਹਿੰਦੇ ਜੇ ਨਾਨਕ ਗੁਰੂ ਅਸੀਂ ਵੀ ਉਹਨਾਂ ਨੂੰ ਪਤਾ ਵੀ ਨਾਨਕ ਗੁਰੂ ਹੈ ਨਹੀਂ ਉਹ ਸਮਝਦੇ ਨੇ ਵੀ ਇਹਨਾਂ ਨੇ ਨਾਨਕ ਨੂੰ ਗੁਰੂ ਕਹਿਣ 'ਤੇ ਨਹੀਂ ਹਟਣਾ ਅਸੀਂ ਬਣ ਜਾਵਾਂਗੇ ਉਹ ਉਹਨਾਂ ਦਾ ਬੀਜ ਬੀਜਿਆ ਹੋਇਆ ਬਹੁਤ ਦੇਰ ਦਾ ਪਹਿਲਾਂ ਦਾ ਸਨਾਤਨੀ ਨੇ ਇਹ ਸਾਰੇ ਵੀ ਇਹਨਾਂ ਦਾ ਗੁਰੂ ਮਨਾ ਲਓ ਇੱਕ ਵਾਰ ਫਿਰ ਸਾਨੂੰ ਹਟਾ ਕੇ ਦਿਖਾਉਣ ਇਹ
ਹੁਣ ਕਿਵੇਂ ਹਟਾਉਣਗੇ? ਗੁਰਬਾਣੀ ਤਾਂ ਮੰਨਦੀ ਨਹੀਂ ਗੁਰੂ। ਹਟਾਉਣ ਦਾ ਤਰੀਕਾ ਇੱਕੋ ਹੀ ਆ ਵੀ ਸਾਰੇ ਦਾਸ ਨੇ ਭਾਈ, ਦਾਸ ਬਣ ਜਾਓ। ਪਰ ਇਹ ਹੰਕਾਰੀ ਨੇ, ਇਹ ਵੀ ਕਹਿੰਦੇ ਜੇ ਗੁਰੂ ਨਾਨਕ ਨੂੰ ਤੁਸੀਂ ਛੋਟਾ ਬਣਾ ਤਾਂ ਸਾਡੇ ਪੱਲੇ ਤਾਂ ਕੱਖ ਵੀ ਨਹੀਂ, ਤੁਹਾਡੇ ਪੱਲੇ ਹੁਣ ਵੀ ਕੱਖ ਨਹੀਂ ਹੈ। ਜੇ ਨਾਨਕ ਨੂੰ ਦਾਸ ਮੰਨ ਲਿਆ ਫੇਰ ਸ਼ਾਇਦ ਤੁਹਾਡੇ ਪੱਲੇ ਕੁਛ ਪੈ ਜਾਵੇ, ਹੁਣ ਤੁਹਾਡੇ ਪੱਲੇ ਕੱਖ ਵੀ ਨਹੀਂ ਯਾਰ, ਕੱਖ ਰਹਿਣਾ ਵੀ ਨਹੀਂ, ਪੈਣਾ ਵੀ ਨਹੀਂ ਤੁਹਾਡੇ ਪੱਲੇ। ਇਹ ਦਿਖਾਓ ਕੀ ਹੈ ਤੁਹਾਡੇ ਪੱਲੇ, ਗੁਰਬਾਣੀ ਨਾਲ ਮੇਲ ਕੇ ਦਿਖਾਓ ਕੀ ਹੈ ਪੱਲੇ। ਆਪਣੇ ਆਪ ਇਹਨਾਂ ਕਹੀ ਜਾਓ ਅਸੀਂ ਸਿੱਖਾਂ। ਹਿੰਦੁਸਤਾਨ ਨੇ ਆਪਣੇ ਸ਼ਹਿਰੀਆਂ ਨੂੰ ਕਾਰਡ ਦੇ ਦੇਣੇ ਨੇ, ਜਿਹੜਾ ਉਹਦਾ ਸ਼ਹਿਰੀ ਇਹਨਾਂ ਨੂੰ ਕਾਰਡ ਨਹੀਂ ਦੇਣਾ ਹੈ, ਪਾਕਿਸਤਾਨ ਨੇ ਵੀ ਦੇ ਦੇਣੇ ਨੇ ਆਈਡੈਂਟੀ ਕਾਰਡ, ਜਿਹੜੇ ਸ਼ਹਿਰੀ ਨਹੀਂ ਫੜੇ ਜਾਣੇ ਨੇ। ਜਿਹਨੂੰ ਕਾਰਡ ਨਹੀਂ ਮਿਲਣਾ ਗੁਰੂ ਤੋਂ, ਮੇਰਾ ਸਿੱਖ ਹੈ, ਤੂੰ ਤਾਂ ਫੜੇ ਜਾਣੇ ਨੇ, ਸਾਰੇ ਗ੍ਰਿਫਤਾਰ ਹੋ ਜਾਣੇ ਨੇ। ਉਹ ਤਾਂ ਕਹੂਗਾ ਮੈਂ ਸ਼ਹਿਰੀ ਹਾਂ, ਅਗਲਿਆਂ ਨੇ ਕਹਿਣਾ ਸਬੂਤ ਦੇ ਤੂੰ ਸ਼ਹਿਰੀ ਹੈ। ਇਹ ਤਾਂ ਕਹਿਣਗੇ ਸੀ ਦੇਖੋ, ਕਹਿੰਦੇ ਸਾਬਤ ਕਰ ਤੂੰ ਸਿੱਖਾਂ, ਸਬੂਤ ਦੇ ਤੂੰ ਸਿੱਖਾਂ, ਲੈ ਲੈ ਕਾਰਡ ਪਾਸ ਲੈ ਲੈ ਸੱਚਖੰਡ ਦਾ, ਸਾਬਤ ਤਾਂ ਕਰ, ਟੈਸਟ ਦੇ ਤੂੰ ਸਿੱਖਾਂ, ਦੱਸ ਤੇਰਾ ਪਿਓ ਕੌਣ ਸੀ, ਬਾਪ ਕੌਣ ਸੀ, ਜੰਮਿਆ ਕਿੱਥੇ ਸੀ, ਸਬੂਤ ਦੇ। ਸਬੂਤ ਤਾਂ ਕੋਈ ਹੈ ਹੀ ਨਹੀਂ, ਸਬੂਤ ਤਾਂ ਕੋਈ ਹੈ ਹੀ ਨਹੀਂ। ਇੱਦਾਂ ਨਹੀਂ ਕੋਈ ਹੁੰਦੇ ਹੁੰਦੇ ਸਿੱਖ, ਇੱਦਾਂ ਨਹੀਂ ਧਰਮ ਧਾਰਨ ਹੁੰਦੇ ਹੁੰਦੇ, ਕਿਸੇ ਕੋਈ ਵੀ ਨਹੀਂ ਧਰਮ ਧਾਰਨ ਹੁੰਦਾ। ਧਰਮ ਕਿਤਾਬਾਂ 'ਚ ਹੁੰਦੇ ਨੇ, ਗ੍ਰੰਥਾਂ 'ਚ ਹੁੰਦੇ ਨੇ, ਜ਼ੁਬਾਨ ਦੇ ਉੱਤੇ ਹੋਰ ਕੁਛ ਹੁੰਦਾ, ਅੰਦਰ ਕੁਛ ਹੋਰ ਹੁੰਦਾ, ਮੂੰਹ ਦੇ ਉੱਤੇ ਕੁਛ ਹੋਰ ਹੁੰਦਾ। ਜਿਨ ਮਨ ਮਹੋਰ ਮੁੱਖ ਹੋਰ ਤੇ ਕਾਢੇ, ਅੱਜ ਸਾਡੇ ਸਿੱਖਾਂ 'ਚ ਇਹ ਗੱਲ ਕਿਹਾ ਕਿਸੇ ਹੋਰ ਨੂੰ ਸੀ। ਜਿਨ ਮਨ ਹੋਰ ਮੁੱਖ ਹੋਰ, ਮਨ ਵਿੱਚ ਤਾਂ ਮੂਰਤੀ ਹੈ ਰਾਮ ਚੰਦਰ ਦੀ, ਮੂੰਹ 'ਚ ਕਹਿੰਦੇ ਨੇ ਉਹ ਨਾ ਜੰਮਦਾ ਭਗਵਾਨ ਨਾ ਮਰਦਾ, ਮੂੰਹ 'ਚ ਤਾਂ ਇਹ ਹੈ, ਜਿਹੜਾ ਜੰਮਿਆ ਮਰਿਆ ਉਹਨੂੰ ਭਗਵਾਨ ਨੂੰ ਨਹੀਂ ਬੈਠੇ ਅੰਦਰੋਂ। ਮਨ 'ਚ ਹੋਰ ਹੈ ਅਤੇ ਮੂੰਹ 'ਚ ਹੋਰ ਹੈ, ਮਨ 'ਚ ਹੋਰ ਮੂੰਹ 'ਚ ਹੋਰ ਦਾ ਮਤਲਬ ਕੀ ਹੈ? ਭਗਵਾਨ ਤਾਂ ਮੰਨੀ ਬੈਠੇ ਨੇ ਬੰਦੇ ਨੂੰ, ਮੂੰਹ ਦੇ ਵਿੱਚ ਇਹ ਆ ਵੀ ਭਗਵਾਨ ਨਾ ਕਦੇ ਜੰਮਿਆ, ਨਾ ਕਦੇ ਮਰਿਆ, ਨਾ ਕਿਸੇ ਨੇ ਖਾਣਾ ਦੇਖਿਆ, ਮੂੰਹ 'ਚ ਹੈ, ਮੂੰਹ 'ਚ ਸੱਚ ਹੈ ਅੰਦਰ ਝੂਠ ਹੈ। ਮੂੰਹ ਨਾਲ ਸਾਰੇ ਸੱਚ ਬੋਲਦੇ ਨੇ, ਅੰਦਰ ਝੂਠ ਭਰਿਆ ਹੈ। ਗੱਲ ਇਹ ਹੈ ਤੁਹਾਡੇ ਅੰਦਰ ਕੀ ਹੈ, ਬਾਹਰੋਂ ਤੁਸੀਂ ਕਹੇ ਜੇ ਹੋ, ਬਾਹਰੋਂ ਲੁੱਕ ਥੋੜ੍ਹੀ ਚੰਗ ਸ਼ਰੀਫਾਂ ਵਾਲੀ ਹੈ, ਇਹਨੂੰ ਨਹੀਂ ਕਿਸੇ ਨੇ ਪੁੱਛਣਾ, ਅੰਦਰੋਂ ਜੋ ਅਸਲਾ ਫੜਿਆ ਜਾਣਾ, ਅੰਦਰੋਂ ਜੋ ਸਭ ਕੁਛ ਫੜਿਆ ਜਾਣਾ, ਗੈਰ ਕਾਨੂੰਨੀ ਇਮੇਜ ਉਹਨੇ ਵਿਗਾੜਨੀ ਹੈ, ਉਹਨਾਂ ਨੇ ਤਾਂ ਅੰਦਰ ਦੇਖਣਾ ਬਲੈਕ ਬਾਕਸ ਦੇ ਵਿੱਚ ਕੀ ਹੈ, ਅੰਦਰ ਖੋਲ੍ਹ ਕੇ ਜਦ ਦੇਖਣਾ ਬਿਮਾਰੀ ਦਾ ਜਦ ਪਤਾ ਲੱਗਣਾ ਨਾ। ਕਰੀ ਕਿਰਪਾ ਸਤਸੰਗ ਮਿਲਾਏ, ਨਾਨਕ ਤਾਕੇ ਨਿਵਟ ਨਾ ਮਾਏ। ਸਤਸੰਗ ਮਿਲਾਏ, ਜਦ ਸੱਚ ਨਾ ਮਿਲ ਜਾਂਦਾ ਸੱਚ ਨਾ, ਫਿਰ ਝੂਠ ਨੇੜੇ ਕਿਵੇਂ ਆਜੂ? ਸੱਚ ਦੇ ਨਾਲ ਜਦ ਸੰਗਤ ਕਰਦਾ ਹੈ ਫਿਰ ਜਿਹੜਾ ਝੂਠ ਹੈ ਪਰੇ ਰਹਿ ਜਾਂਦਾ, ਝੂਠ ਦਾ ਪਾਰ ਕਰਕੇ ਨਾ ਦਰਿਆ, ਝੂਠ ਵਾਲਾ ਦੇਸ਼ ਛੱਡ ਕੇ ਹੀ ਸੱਚਖੰਡ ਜਾਂਦਾ ਹੈ। ਸੱਚਖੰਡ ਤੇ ਬਿਨਾਂ ਸੱਚ ਸਤਸੰਗ ਹੁੰਦੀ ਹੋਈ ਨਹੀਂ, ਸਤਸੰਗ ਹੁੰਦੀ ਸੱਚਖੰਡ ਜਾ ਕੇ, ਇੱਥੇ ਕਿਵੇਂ ਹੋਈ ਦੇਖੋ।